ਸ੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ। ਨਿਊਜ਼ ਪੰਜਾਬ ਦੀ ਟੀਮ ਅੱਜ ਦਿੱਲੀ ਨੂੰ ਜਾ ਰਹੀ ਹੈ, ਪਰ ਰਸਤੇ ਵਿੱਚ ਜਾਂਦਿਆਂ ਜੋ ਕਿ ਸੰਗਤਾਂ ਦਿੱਲੀ ਨੂੰ ਜਾ ਰਹੀਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਬਾਪੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬਾਪੂ ਜੀ, ਤੁਸੀਂ ਹੁਣ ਦਿੱਲੀ ਨੂੰ ਜਾ ਰਹੇ ਹੋ। ਹਾਂਜੀ। ਅਤੇ ਜੋ ਮੋਦੀ ਸਰਕਾਰ ਨੇ 3 ਆਰਡੀਨੈਂਸ ਪਾਸ ਕੀਤੇ ਆ, ਉਹਨਾਂ ਦੇ ਵਿਰੁੱਧ ਦੇ ਵਿੱਚ ਸਾਨੂੰ ਜਾਣਕਾਰੀ ਦਿਓ। ਹਾਂਜੀ, ਮੋਦੀ ਜੋ EVM ਦਾ ਪ੍ਰਧਾਨ ਮੰਤਰੀ ਆ, ਲੋਕਾਂ ਦੁਆਰਾ ਤਾਂ ਬਣਾਇਆ ਨਹੀਂ ਗਿਆ, EVM 'ਚੋਂ ਨਿਕਲਿਆ ਹੋਇਆ। ਔਰ ਅਡਾਨੀ ਔਰ ਅੰਬਾਨੀ ਔਰ ਜੋ ਹੋਰ ਉਦਯੋਗਪਤੀ ਕਾਰਪੋਰੇਟ ਘਰਾਣੇ ਨੇ, ਉਹਨਾਂ ਦਾ ਪ੍ਰਧਾਨ ਮੰਤਰੀ ਆ। ਕਿਉਂਕਿ ਅਗਰ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਤਾਂ ਉਹ ਕਾਲੇ ਕਾਨੂੰਨ ਲੈ ਕੇ ਨਾ ਆਉਂਦਾ, ਜੋ ਕਿ ਆਮ ਪਬਲਿਕ ਲਈ ਬਹੁਤ ਹੀ ਹਾਨੀਕਾਰਕ ਕਾਨੂੰਨ ਆ। ਦੇਖੋ, ਇਹ ਕਾਨੂੰਨ ਆ ਜਿਹੜੇ ਤਿੰਨੋਂ ਦੇ ਤਿੰਨ ਇਕੱਲੇ ਕਿਸਾਨਾਂ ਲਈ ਨਹੀਂ ਹੈਗੇ ਨੁਕਸਾਨਦੇਹ, ਇਹ ਪੂਰੇ ਜੋ ਵੀ ਅੰਨ ਖਾਂਦਾ ਉਹਨਾਂ ਲਈ ਨੁਕਸਾਨਦੇਹ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਜੋ ਅੰਬਾਨੀ ਅਡਾਨੀਆਂ ਦੇ ਸਟੋਰ ਆ, ਜਿਹੜਾ ਕਿ ਕਿਸਾਨ ਦੀ ਅੱਜ ਗੇਹੂੰ ਦੀ ਕਣਕ ਆ ਜਾਂ ਜੀਰੀ ਆ ਝੋਨਾ, ਇਹ ਜਿਹੜਾ ਆਪਾਂ 18-19 ਰੁਪਏ ਕਿਲੋ ਮਿਲਦਾ, ਇਹ ਇਹਨਾਂ ਦੇ ਸਟੋਰਾਂ 'ਚ ਜਾ ਕੇ ਉਹੀ 50 ਰੁਪਏ ਤੋਂ ਉੱਪਰ ਚੱਲਾ ਜਾਂਦਾ। ਗੰਨਾ ਜਿਹੜਾ ਕਿ ਆਪਾਂ ਕਿਸਾਨ ਦੇ ਖੇਤ 'ਚੋਂ ਇਸੇ ਤਰ੍ਹਾਂ ਹੀ ਪੱਟ ਕੇ ਖਾ ਲੈਂਦੇ ਹਾਂ, ਚੂਪ ਲੈਂਦੇ ਹਾਂ, ਪਰੰਤੂ ਇਹਨਾਂ ਦੇ ਸਟੋਰ 'ਚ ਇੱਕ 200 ਗ੍ਰਾਮ ਦੀ ਪੈਕਿੰਗ 33-35 ਰੁਪਏ ਤੱਕ ਮਿਲਦੀ ਆ। ਇਹ ਆਮ ਜਿਹੜੇ ਤਿੰਨੇ ਕਾਨੂੰਨ ਆ ਜੀ, ਇਹ ਆਮ ਲੋਕਾਂ ਤੋਂ ਮਤਲਬ ਖਾਣ ਦਾ ਅਧਿਕਾਰ ਖੋ ਰਹੇ ਨੇ। ਸੋ ਮੈਂ ਇਹ ਜੋ EVM ਦਾ ਪ੍ਰਧਾਨ ਮੰਤਰੀ ਆ, ਉਹਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਵੀ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਵਾਪਸ ਲੈ ਜਾਣ, ਤਾਂ ਕਿ ਆਮ ਜਨਤਾ ਜੋ ਸ਼ਾਂਤੀ ਨਾਲ ਜਿਸ ਤਰ੍ਹਾਂ ਪਹਿਲਾਂ ਰਹਿੰਦੀ ਸੀ ਉਸ ਤਰ੍ਹਾਂ ਰਹਿ ਸਕੇ। ਬਾਪੂ ਜੀ, ਜੋ ਮੈਂ ਦੇਖ ਰਿਹਾ ਵੀ ਅਸੀਂ ਰਸਤੇ ਵਿੱਚ ਆ ਰਹੇ ਹਾਂ, ਵੀ ਨੌਜਵਾਨ ਵੱਧ ਚੜ੍ਹ ਕੇ ਜਾ ਰਹੇ ਆ, ਜਿਵੇਂ ਅੱਗੇ ਗਾਇਕਾਂ ਪਿੱਛੇ ਲੋਕ ਨੌਜਵਾਨ ਲੜੀ ਜਾਂਦੇ ਸੀ, ਇਹਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਦੇਖੋ ਜਿਹੜੇ ਸਾਡੇ ਗਾਇਕ ਨੇ ਉਹਨਾਂ ਨੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਗਾਇਕਾਂ ਨੇ ਜਵਾਨੀ ਆ ਜਾਂ ਜਵਾਨ ਆ, ਉਹਨਾਂ ਨੂੰ ਮੋਟੀਵੇਟ ਕੀਤਾ। ਇਹ ਜੋ ਸਾਡੇ ਕਿਸਾਨ ਲੀਡਰ ਆ ਔਰ ਜੋ ਆਪਣੇ ਮੂਹਰੇ ਵਿਅਕਤੀ ਆ, ਜੋ ਸਰਕਾਰ ਵਿਅਕਤੀ ਆ, ਜਿਸ ਤਰ੍ਹਾਂ ਕਿ ਗਾਇਕ ਜਾਂ ਐਕਟਰ, ਉਹਨਾਂ ਦੀ ਬਦੌਲਤ ਕੇ ਜਿਹੜਾ ਕਿਸਾਨੀ ਸੰਘਰਸ਼ ਨੂੰ ਬਹੁਤ ਹੀ ਜ਼ਿਆਦਾ ਹੁੰਗਾਰਾ ਮਿਲਿਆ। ਧੰਨਵਾਦ ਜੀ ਨਿਊਜ਼ ਪੰਜਾਬ ਦੀ ਟੀਮ। ਧੰਨਵਾਦ ਜੀ ਤੁਹਾਡਾ। ਮੋਦੀ ਸਰਕਾਰ ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ। ਅਸੀਂ ਆਪਣੇ ਹੱਕ ਲੈ ਕੇ ਰਹਾਂਗੇ।